कर लिया किन्ने का जी ₹30,000 का कि जगह तो आए हो जनाब जी 30,000 बकरी लेंगे जी 30,000 रुपए दिया 30,000 की बकरी खरीदी जी और बकरियां जड़ियां ने दोवे तिने ही चंगियां बकरियां ते थोड़े थोड़े पैसों नाल वो जनाब लैके तो चला गया। लो जी माशाल्लाह वीडियो नू मुकम्मल वेख्या जे बहुत मज़ा आएगा तुहानू और हुण ये दो सजीना दे बकरियां माशाल्लाह खरीदियां ने ऐ देखो हुण अगे ये फरोख्त करनगे जिन्हां जिन्हां ने लईयां ने जी ये फरोख्त करनगे ते लो जनाब होर तुहानू तुहानू दुकान है जी पैसे इसके 28,000 लो जी कोई गल 28,000 रुपया बेटा कितने पैसे हैं इसके 30,000 रुपया जी 30,000 रुपया हाँ जी कितने पैसे जी दो तीन लो जी दोवे का 30,000 रुपया ठीक है भारत दिखा ये फाइनल कितों तिकर हो जाएंगे 28 तिकर हो जाएंगे अठाई तिकर हाँ जी की ना की बेटा अपना अमर किन्ने पैसे हैं अमर 50,000 ही थोड़ा जो तोड़ के दिखा एक खोर बैठा पीछे मुठा ठीक है हाँ बैठे ठीक तो है ਇਹਦੇ ਵਾਸਤੇ ਤਾਂ ਠੀਕ ਹੈ ਵੈਸੇ ਕਿੰਨੇ ਪੈਸੇ ਇਹਦੇ ਫਾਈਨਲ ਕਿੰਨੇ ਦਾ 45 ਦਾ ਲਓ ਜੀ 45 ਦਾ ਲਓ ਜਨਾਬ ਹੋਰ ਮਾਸ਼ਾਅੱਲਾ ਤੁਸੀਂ ਚੈੱਕ ਕਰੋ ਹਾਂਜੀ ਵੀਰ ਜੀ ਕਿੰਨੇ ਪੈਸੇ ਜਿਹਦੇ ਮੱਕੀ ਚੀਰੇ ਦੇ ਅਸੀਂ ਥੋੜ੍ਹਾ ਜਿਹਾ ਕਰੋ ਖੁੱਲ੍ਹੀ ਜਗ੍ਹਾ 'ਤੇ ਕਿੰਨੀ ਉਮਰ ਹੋ ਗਈ ਇਹਦੀ ਮੈਂ ਦੋਂਦਾ ਹੈਗਾ ਦੋਂਦਾ ਹੋ ਗਿਆ ਬਸ ਕਰ ਬਸ ਕਿਹਦਾ ਗੁੱਸਾ ਹੀ ਹੁੰਦੇ ਤੇ ਅੱਛਾ ਕਿੰਨੇ ਫਾਈਨਲ ਪਾਇਆ ਫਾਈਨਲ 50,000 ਰੁਪਇਆ ਰਿਆਤ ਰੂਤ ਕਿੰਨੀ ਕੁ ਹੋਈ ਰਿਆਤ ਬਸ ਕਿਹੜੀ ਜਗ੍ਹਾ ਤੋਂ ਆਇਆ ਕਿਹੜੀ ਜਗ੍ਹਾ ਤੋਂ ਇੱਥੋਂ ਤੋਂ ਹੀ ਆਇਆ ਇੱਥੋਂ ਨੰਬਰ ਹੈਗਾ ਤੇਰਾ ਨੰਬਰ ਮੋਬਾਈਲ ਨੰਬਰ ਨਹੀਂ ਭਾਈ ਲਓ ਜੀ ਫਾਈਨਲ ਵੈਸੇ ਫਿਰ ਵੀ ਕੋਈ ਤੇਰੇ ਪਤਾ ਮੂੰਹ ਘਰ ਛੱਡ ਦੇ ਲਓ ਜੀ 1,000 ਰੁਪਇਆ ਛੱਡ ਦੇਣਗੇ ਜਨਾਬ ਅਸਲ ਕੀਮਤ ਦੇ ਵਿੱਚੋਂ ਐ ਲੱਗਦਾ ਚੱਲ ਕਿੰਨੇ ਪੈਸੇ ਵੀਰ ਹੈ ਆਹੋ 40,000 ਰੁਪਇਆ ਚੌਕੀ ਹੋ ਗਈ ਇਹ 40,000 ਰੁਪਇਆ ਬੇਟਾ ਕਿੰਨੇ ਕਿੰਨੇ ਪੈਸੇ ਹੁੰਦੇ ਆ ਕਿੰਨੇ ਪੈਸੇ ਹੁੰਦੇ ਅੰਕਲ ਜੀ ਇਹਨਾਂ ਜਿੰਨੇ ਮਰਜ਼ੀ ਦੇ ਦਿਓ ਨਹੀਂ ਫੇਰ ਵੀ ਬੇਟਾ ਕੋਈ ਦੱਸਤਾ ਸੀ 50,000 ਰੁਪਏ ਅੰਕਲ ਜੀ 50,000 ਰੁਪਇਆ ਗਈ ਬਹੁਤ ਜ਼ਿਆਦਾ ਹੋ ਗਈ ਅੰਕਲ ਜੀ ਇੱਕ ਦਾ 50 ਹਾਂਜੀ 2,200 ਰੁਪਏ ਕਿਲੋ ਗੋਸ਼ਤ ਹੋ ਗਿਆ ਅੰਕਲ ਜੀ ਕੀ ਖਾਣਾ ਕਿਸੇ ਨੇ ਕੀ ਵੇਚਣਾ ਕਿਸੇ ਨੇ ਸਹੀ ਗੱਲ ਹੈ ਸਵੇਰ ਦੇ ਆਏ ਇਹ ਸੇਲ ਹੋ ਰਿਹਾ ਹੈ ਤੇ ਇਹਦੇ ਕਿੰਨੇ ਪੈਸੇ ਨਹੀਂ ਇਹਦੇ ਇਹਦਾ 45,000 ਹੋ ਜਾਏ ਇਹਦਾ 45 ਤੇ ਇਹਦਾ 50,000 ਤੇ ਉੱਪਰਲੇ ਦਾ ਇਹਦਾ ਚਾਹ ਤੇ ਲਓ ਜਨਾਬ ਹਰ ਬੰਦਾ ਜਨਾਬ ਮਹਿੰਗਾਈ ਤੋਂ ਤੰਗ ਹੈ ਬੰਦੇ ਕਹਿੰਦੇ ਨੇ ਜੀ ਮਹਿੰਗਾਈ ਬਹੁਤ ਹੋ ਗਈ ਲਓ ਇਹ ਕਿੰਨੇ ਦੀ ਜੋੜੀ ਵੀਰ ਜੋੜੀ 30,000 ਰੁਪਇਆ ਦੀ ਯਾਨੀ 15,000 ਰੁਪਇਆ ਦਾ ਕਿੰਨੇ ਪੈਸੇ ਵੀਰ ਇਹਦੇ 36,000 ਰੁਪਇਆ ਜੀ ਤੇ ਕਿਲੋ 1.5 ਕਿਲੋ ਦੁੱਧ ਵੀ ਹੈਗਾ
ਦੇਖੋ ਜੀ ਜੇ ਅਗਰ ਕੋਈ ਜਾਨਵਰ ਤੁਸੀਂ ਲੈਣਾ ਹੋਵੇ ਤਾਂ ਇਹਨਾਂ ਦੇ ਨਾਲ ਰਾਬਤਾ ਕਰ ਸਕਦੇ ਜੇ
ਛੋਟੇ ਬੱਚਿਆਂ ਵਾਲੀਆਂ ਵੀ ਛੱਤਰੀਆਂ ਮਿਲ ਜਾਣਗੀਆਂ ਇੱਕ ਇੱਕ ਬੱਚਾ ਨਾਲ ਲੈ ਲਿਆ ਵਟਸਐਪ ਤੁਹਾਡਾ ਨੰਬਰ ਇੱਦਾਂ ਵਟਸਐਪ ਬਣਿਆ ਹੋਇਆ ਕਿਤਨੇ ਪੈਸੇ ਕਿਤਨੇ ਕਾ ਆਪਣੇ ਵੀ ਖਰੀਦਿਆ ਵੇਚਣਾ ਕਿਤਨੇ ਪੈਸੇ ਪੰਜਾਹ ਹਜ਼ਾਰ ਉਮਰ ਕਿੰਨੀ ਕੋ ਕਿੰਨੇ ਪੈਸੇ ਵੀਰ ਰਹਿੰਦੇ ਖਰੀਦਿਆ ਜੇ ਕਿੰਨੇ ਪੈਸੇ 35 ਸੋਨ ਵਾਲੀ ਉਹ ਲੈਦਾ ਅਤੇ ਇਹਨਾਂ ਦੀ ਜੋੜੀ ਇਹਨਾਂ 30,000 10,000 30,000 15,000 ਇਹਨਾਂ ਦਾ ਲਓ ਜੀ ਜਾਨਵਰ ਜਿਹੜੇ ਨੇ ਜੀ ਤਲਾਸ਼ ਕਰੋ ਨਾ ਅਤੇ ਜਾਨਵਰ ਤੁਹਾਨੂੰ ਲੱਭ ਜਾਂਦੇ ਬੰਦਾ ਚੈੱਕ ਕਰਦਾ ਰਹੇ ਨਾ ਜੀ ਅਤੇ ਜਾਨਵਰ ਮਿਲ ਹੀ ਜਾਂਦੇ ਨੇ ਅਗਰ ਤੁਸੀਂ ਮੰਡੀ ਫਿਰੋਗੇ ਨਾ ਤਾਂ ਕੋਈ ਨਾ ਕੋਈ ਜਾਨਵਰ ਜੇਕਰ ਤੁਸੀਂ ਲੈਣਾ ਨਾ ਤਾਂ ਸਸਤਾ ਸੁਸਤਾ ਵੀ ਜਾਨਵਰ ਲੱਭ ਜਾਂਦਾ